ਸੁਖਪਾਲ ਖਹਿਰਾ ਦੇ ਘਰਾਂ ਤੇ ਈਡੀ ਨੇ ਛਾਪੇ ਮਾਰੇ ਨੇ ਜੀ, ਤੇ ਖਹਿਰਾ ਨੇ ਕਿਹਾ ਵੀ ਇਹ ਛਾਪੇ ਇਸ ਕਰਕੇ ਵੱਜੇ ਨੇ ਕਿਉਂਕਿ ਉਹ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਨਿਤਰੇ ਹੋਏ ਨੇ। ਦੇਖੋ, ਇਹ ਸਵੇਰੇ ਛਾਪੇ ਜਿਹੜੇ ਅਰਲੀ ਮਾਰਨਿੰਗ 5 ਵਜੇ ਦੇ ਕਰੀਬ ਉਹਨਾਂ ਦੇ ਜਿਹੜੀ ਇੱਥੇ ਚੰਡੀਗੜ੍ਹ ਦੇ ਸੈਕਟਰ 5 ਦੇ ਵਿੱਚ ਜਿਹੜੀ ਕੋਠੀ ਹੈ ਉੱਥੋਂ ਸ਼ੁਰੂ ਹੋਏ। ਪੰਜਾਬ ਦੇ ਵਿੱਚ ਕੋਈ 9 ਥਾਵਾਂ ਦੇ ਉੱਤੇ ਪੰਜਾਬ, ਚੰਡੀਗੜ੍ਹ ਅਤੇ ਦਿੱਲੀ ਦੇ ਵਿੱਚ ਛਾਪੇਮਾਰੀ ਹੋਈ। ਉਹਨਾਂ ਦਾ ਜਿਹੜਾ ਪਿੰਡ ਆ ਰਾਮਗੜ੍ਹ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਜੱਦੀ ਘਰ, ਉੱਥੇ ਵੀ ਛਾਪਾ ਪਿਆ। ਉਹਨਾਂ ਦੀ ਬੇਟੀ ਜਿਹੜੀ ਮੈਰਿਡ ਆ ਦਿੱਲੀ ਦੇ ਵਿੱਚ ਸਾਬਕਾ ਮੁੱਖ ਮੰਤਰੀ ਹੁੰਦੇ ਸੀ ਦਰਬਾਰਾ ਸਿੰਘ, ਉਹਨਾਂ ਦੇ ਪੋਤੇ ਦੇ ਨਾਲ ਉਹਨਾਂ ਦੇ ਘਰੇ ਵੀ ਜਿਹੜਾ ਜੀ ਉਹ ਛਾਪਾ ਪਿਆ। ਔਰ ਇਹਦੇ ਵਿੱਚੋਂ ਕੀ ਕੁਛ ਬਰਾਮਦ ਹੋਇਆ, ਈਡੀ ਨੇ ਆਫੀਸ਼ੀਅਲੀ ਤੌਰ ਦੇ ਉੱਤੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ। ਕੁਛ ਮੈਸੇਜ ਉਹਨਾਂ ਦਾ ਜ਼ਰੂਰ ਆਇਆ, ਈਡੀ ਦੇ ਅਧਿਕਾਰੀ ਨੇ ਇਹ ਗੱਲ ਹੁਣ ਤੋਂ ਕੁਛ ਸਮਾਂ ਪਹਿਲਾਂ ਜਿਹੜਾ ਜੀ ਉਹ ਕਹੀ ਆ। ਮੇਰੇ ਬਹੁਤ ਕਲੋਜ਼ ਨੇ ਜੀ ਇੱਥੇ ਕਾਰਵਾਂ ਦੇ ਵਿੱਚ ਕੰਮ ਕਰਦੇ ਨੇ, ਉਹਨਾਂ ਦੇ ਕੋਲ ਵੀ ਜਿਹੜੀ ਇਹਦੀ ਕਨਫਰਮੇਸ਼ਨ ਆਈ ਹੈ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਆਖਿਆ ਗਿਆ ਈਡੀ ਦੇ ਅਧਿਕਾਰੀ ਦੇ ਵੱਲੋਂ ਕਿ 2015 ਦੇ ਫਾਜ਼ਿਲਕਾ ਦੇ ਵਿੱਚ ਡਰੱਗਸ ਦੇ ਨਾਲ ਸੰਬੰਧਿਤ ਇੱਕ ਕੇਸ ਦਰਜ ਹੋਇਆ ਸੀ ਜਿਹਦੇ ਵਿੱਚ 1800 ਗ੍ਰਾਮ ਹੈਰੋਇਨ, 24 ਸੋਨੇ ਦੇ ਬਿਸਕੁਟ, ਹਥਿਆਰ, 26 ਜਿੰਦਾ ਕਾਰਤੂਸ, ਪਾਕਿਸਤਾਨੀ ਸਿਮ ਬਰਾਮਦ ਕੀਤੇ ਸੀਗੇ। ਇਹਦੇ ਵਿੱਚ ਇਹ ਪੰਜਾਬ ਪੁਲਿਸ ਨੇ ਮਾਮਲਾ ਦਰਜ ਕੀਤਾ ਸੀਗਾ। ਇਹਦੇ ਵਿੱਚ ਕੁਝ ਵਿਅਕਤੀਆਂ ਨੂੰ ਸਜ਼ਾ ਜਿਹੜੀ ਆ ਉਹ ਹੋ ਚੁੱਕੀ ਹੋਈ ਆ। ਇਹ ਇਸ ਮਾਮਲੇ ਦੇ ਨਾਲ ਰਿਲੇਟਡ ਸੀ ਐਜ਼ ਪਰ ਈਡੀ ਦੇ ਜਿਹੜਾ ਜੀ ਉਹ ਦੱਸਣ ਦੇ ਅਨੁਸਾਰ। ਇਸ ਮਾਮਲੇ ਨੂੰ ਜਦੋਂ ਸੁਖਪਾਲ ਸਿੰਘ ਖਹਿਰਾ ਉਹਨਾਂ ਦਾ ਨਾਮ ਇਹਦੇ ਵਿੱਚ ਆਇਆ ਸੀ ਤਾਂ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇਹਨੂੰ ਚੈਲੰਜ ਕੀਤਾ ਸੀਗਾ। ਹਾਈ ਕੋਰਟ ਨੇ ਇਹ 'ਤੇ ਸਟੇ ਨਹੀਂ ਸੀ ਦਿੱਤੀ, ਫਿਰ ਉਹ ਸੁਪਰੀਮ ਕੋਰਟ ਚਲੇ ਗਏ। ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਅੱਜ ਵੀ ਸੁਣਵਾਈ ਦੇ ਅਧੀਨ ਹੈ। ਇਸ ਮਾਮਲੇ ਦੇ ਉੱਤੇ ਕੋਈ ਫੈਸਲਾ ਜਿਹੜਾ ਜੀ ਉਹ ਨਹੀਂ ਆਇਆ। ਟੈਕਨੀਕਲੀ ਦੇਖਿਆ ਜਾਵੇ ਤਾਂ ਜਦੋਂ ਕਿਸੇ ਮਾਮਲੇ ਦੇ ਵਿੱਚ ਕਿਸੇ ਕੇਸ ਦੇ ਵਿੱਚ ਮੰਨ ਲਓ ਜਿਵੇਂ ਇਹਦੇ ਵਿੱਚ ਜਿੰਨੇ ਨਾਮ ਨੇ ਉਹ 5 ਜਾਂ 6 ਨੇ, ਉਹਨਾਂ ਨੂੰ ਸਜ਼ਾ ਹੋ ਗਈ। ਸਜ਼ਾ ਹੋਣ ਤੋਂ ਬਾਅਦ ਇਹ ਨਾਮ ਜਿਹੜਾ ਜੀ ਉਹ ਫਿਰ ਟੈਕਨੀਕਲੀ ਨਹੀਂ ਉਹਦੇ ਵਿੱਚ ਜਿਹੜਾ ਜੀ ਉਹ ਹੋ ਸਕਦਾ। ਕਿਵੇਂ ਹੋਇਆ ਕੀ ਨਹੀਂ ਹੋਇਆ ਉਹ ਸੁਪਰੀਮ ਕੋਰਟ ਦੇ ਕੋਲ ਇੱਕ ਸੁਣਵਾਈ ਦੇ ਅਧੀਨ ਆ, ਉਹ ਦੱਸੂਗੀ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਇਹਦੇ ਬਾਰੇ ਦੇ ਵਿੱਚ ਜਿਹੜਾ ਜੀ ਇਹ ਕਿਹਾ ਕਿ ਉਹ ਤਾਂ ਕਿਉਂਕਿ ਕਿਸਾਨ ਅੰਦੋਲਨ ਦੀ ਹਮਾਇਤ ਕਰਦੇ ਆ ਅਤੇ ਉਹ ਨਵਰੀਤ ਸਿੰਘ ਵਾਲਾ ਮਾਮਲਾ ਜਿਹੜਾ ਜੀ ਉਹ ਚੁੱਕ ਰਿਹਾ, ਜਿਹਦੇ ਕਰਕੇ ਉਹਨਾਂ ਦੇ ਉੱਤੇ ਨਿਸ਼ਾਨਾ ਲਾ ਕੇ ਇਹ ਜਿਹੜੀ ਛਾਪੇਮਾਰੀ ਆ ਉਹ ਕੀਤੀ ਗਈ ਆ। ਅਜੇ ਜਿੰਨੀ ਦੇਰ ਤੱਕ, ਕਿਉਂਕਿ ਇਹ ਆਫੀਸ਼ੀਅਲ ਜਾਣਕਾਰੀ ਹੈ ਜਿਹੜੀ ਈਡੀ ਦੀ ਜਿਹੜੀ ਦੱਸੀ ਹੈ ਜਿਹੜੇ ਕੇਸ ਦੇ ਨਾਲ ਸੰਬੰਧਿਤ, ਉਹਨਾਂ ਨੇ ਪ੍ਰੈਸ ਦੇ ਮੂਹਰੇ ਆ ਕੇ ਕੁਛ ਵੀ ਅਜੇ ਜਿਹੜਾ ਜੀ ਉਹ ਨਹੀਂ ਦੱਸਿਆ। ਜੋ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਕਿਹਾ ਜੀ ਉਹ ਤੁਹਾਨੂੰ ਮੈਂ ਦੱਸਦਾ ਕਿ ਉਹ ਕਹਿੰਦੇ ਆ ਕਿ ਇਹ ਜਾਣ ਬੁੱਝ ਕੇ ਟਾਰਗੇਟ ਲਾ ਕੇ ਮੇਰੇ ਉੱਤੇ ਜਿਹੜੀ ਦੀ ਕਾਰਵਾਈ ਈਡੀ ਨੇ ਕੀਤੀ ਹੈ। ਅੱਛਾ ਪੰਨੂ ਸਾਹਿਬ, ਕੱਲ੍ਹ ਹਰਿਆਣਾ ਦੀ ਸਰਕਾਰ ਵਾਸਤੇ ਇੱਕ ਬਹੁਤ ਵੱਡਾ ਇੱਕ ਇਮਤਿਹਾਨ ਦਾ ਦਿਨ ਹੋਣਾ, ਕੀ ਹੋ ਰਿਹਾ ਜੀ ਕੱਲ੍ਹ ਹਰਿਆਣੇ ਦੇ ਵਿੱਚ? ਮੇਰਾ ਖਿਆਲ ਜਿਹੜੀ ਸਿਆਸਤ ਹੈ ਜੀ ਹਰਿਆਣੇ ਦੀ ਸਿਆਸਤ, ਉਹਦੇ ਵਿੱਚ ਉਥਲ ਪੁਥਲ ਦਾ ਦਿਨ ਹੈ ਭੜਕਦਾ। ਹੈ ਕੀ ਆ ਕਿ ਕਿਉਂਕਿ ਹਰਿਆਣੇ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ, ਜਿਹੜੀ ਵਿਰੋਧੀ ਪਾਰਟੀ ਹੈ ਕਾਂਗਰਸ ਉਹਨੇ ਬੇਵਿਸ਼ਵਾਸੀ ਦਾ ਮਤਾ ਲਿਆਂਦਾ ਵਿਧਾਨ ਸਭਾ ਦੇ ਵਿੱਚ, ਅਤੇ ਕੱਲ੍ਹ ਨੂੰ ਇਹਦੇ ਉੱਤੇ ਬਹਿਸ ਹੋਣੀ ਆ। ਬਹਿਸ ਹੋਣ ਤੋਂ ਬਾਅਦ ਇਹਦੇ ਉੱਤੇ ਵੋਟਾਂ ਜਿਹੜੀਆਂ ਉਹ ਪੈਣੀਆਂ ਨੇ, ਕਿਉਂਕਿ ਜਿਹੜੀ ਹਰਿਆਣੇ ਦੀ ਰਾਜਨੀਤੀ ਹੈ ਜੀ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਪੈਰ ਉਦੋਂ ਲੱਗੇ ਜਦੋਂ ਉਹਨੇ ਜਾਟ ਅਤੇ ਨਾਨ ਜਾਟ ਨੂੰ ਵੰਡ ਦਿੱਤਾ। ਨਾਨ ਜਾਟ ਵੋਟਾਂ ਦੀਆਂ ਵੋਟਾਂ ਜਿਹੜੀਆਂ ਸੀ ਉਹ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਪਹਿਲੀ ਵਾਰੀ ਸਰਕਾਰ ਬਣਾਈ, ਦੂਜੇ ਵਾਰੀ ਉਹ ਬਹੁਮਤ ਤੋਂ ਥੋੜ੍ਹਾ ਜਿਹਾ ਦੂਰ ਰਹਿ ਗਈ। ਉਦੋਂ ਪਹਿਲਾਂ ਹੋਇਆ ਇਹ ਕਿ ਚੌਧਰੀ ਦੇਵੀ ਲਾਲ ਹੋਰਾਂ ਦਾ ਪੜਪੋਤਰਾ ਦੁਸ਼ਯੰਤ ਚੁਟਾਲਾ ਆ ਗਿਆ ਆਪਣੇ ਪਰਿਵਾਰ ਦੀ ਜਿਹੜੀ ਪਾਰਟੀ ਸੀ ਇੰਡੀਅਨ ਨੈਸ਼ਨਲ ਲੋਕ ਦਲ ਛੱਡ ਕੇ। ਉਹਨੇ ਇਹ ਕਿਹਾ ਕਿ ਮੈਂ ਆਪਣੇ ਪੜਦਾਦੇ ਦੀ ਵਿਰਾਸਤ ਨੂੰ ਅੱਗੇ ਤੋਰਨਾ। ਚੌਧਰੀ ਦੇਵੀ ਲਾਲ ਜਿਹੜੇ ਕਿ ਕਿਸਾਨ ਹਮਾਇਤੀ ਦੱਸੇ ਜਾਂਦੇ ਸੀ, ਹਮੇਸ਼ਾ ਹਰੇ ਰੰਗ ਦੀ ਪੱਗ ਬੰਨ੍ਹਦੇ ਸੀ, ਇਹਨਾਂ ਨੇ ਝੰਡਾ ਵੀ ਹਰਾ ਹੀ ਲਿਆਂਦਾ। ਪਰ ਸੋਚਿਆ ਨਹੀਂ ਸੀ ਦੁਸ਼ਯੰਤ ਚੁਟਾਲਾ ਨੇ ਕਿ ਐਡਾ ਵੱਡਾ ਕਿਸਾਨ ਅੰਦੋਲਨ ਖੜਾ ਹੋ ਜਾਊਗਾ। 10 ਸੀਟਾਂ ਦੁਸ਼ਯੰਤ ਚੁਟਾਲਾ ਦੀ ਪਾਰਟੀ JJP ਲੈ ਗਈ ਜਾਟਾਂ ਦੀਆਂ ਵੋਟਾਂ ਦੇ ਉੱਤੇ। ਅੱਛਾ, ਸਰਕਾਰ 'ਚ ਭਾਈਵਾਲ ਬਣ ਗਏ, ਡਿਪਟੀ ਮੁੱਖ ਮੰਤਰੀ ਬਣ ਗਏ, ਛੱਡਣ ਨੂੰ ਤਿਆਰ ਨਹੀਂ। ਕੱਲ੍ਹ ਨੂੰ ਇਹਦੇ ਉੱਤੇ ਵੋਟਿੰਗ ਹੋਣੀ ਹੈ। ਹੁਣ ਭਾਰਤੀ ਜਨਤਾ ਪਾਰਟੀ ਨੇ ਵਿਪ ਜਾਰੀ ਕੀਤਾ, ਕਾਂਗਰਸ ਨੇ ਵਿਪ ਜਾਰੀ ਕੀਤਾ, ਜਨ ਨਾਇਕ ਜਨਤਾ ਪਾਰਟੀ ਨੇ ਵਿਪ ਜਾਰੀ ਕੀਤਾ। ਉੱਧਰ ਇੱਕ ਵਿਪ ਜਾਰੀ ਕਰ ਦਿੱਤਾ ਜੀ ਸੰਯੁਕਤ ਕਿਸਾਨ ਮੋਰਚੇ ਨੇ, ਕਹਿੰਦੇ ਜੀ ਕਿ ਕਿਸਾਨ ਜਿਹੜੇ ਨੇ ਉਹ ਪਹੁੰਚੋ ਸਾਰੇ ਵਿਧਾਇਕਾਂ ਦੇ ਘਰਾਂ ਦੇ ਮੂਹਰੇ ਅਤੇ ਉਹਨਾਂ ਨੂੰ ਆਖੋ ਕਿ ਉਹ ਭੜਕੇ ਬੇਵਿਸ਼ਵਾਸੀ ਮਤੇ ਦੇ ਹੱਕ ਦੇ ਵਿੱਚ ਵੋਟਾਂ ਪਾਉਣ। ਅੱਜ ਕਿਸਾਨ ਜਿਹੜੇ ਸੀ ਉਹ ਤਕਰੀਬਨ ਵਿਧਾਇਕਾਂ ਦੇ ਘਰਾਂ ਦੇ ਮੂਹਰੇ ਪਹੁੰਚ ਗਏ।
ਦੁਸ਼ਯੰਤ ਚੌਟਾਲਾ ਦੇ ਦਫ਼ਤਰ ਦੇ ਮੂਹਰੇ ਪਹੁੰਚ ਗਏ, ਆਪ ਮਿਲੇ ਨਹੀਂ, ਉੱਥੇ ਨੋਟਿਸ ਦੇ ਆਏ, ਉਹਨਾਂ ਦੇ ਦਫ਼ਤਰ ਦੇ ਮੂਹਰੇ ਚਿਪਕਾ ਵੀ ਆਏ, ਜਿਹੜੇ ਜਿਹੜੇ ਮਿਲੇ ਨਹੀਂ ਉਹਨਾਂ ਦੇ ਘਰਾਂ ਦੇ ਮੂਹਰੇ ਦਫ਼ਤਰਾਂ ਦੇ ਮੂਹਰੇ ਚਿਪਕਾ ਕੇ ਆਏ ਇਹ ਸੱਦਾ ਕਿ ਭੜਕੇ ਵੋਟਾਂ ਪਾਓ ਬੇਵਿਸ਼ਵਾਸੀ ਮਤੇ ਦੇ ਖਿਲਾਫ਼। ਅੱਛਾ ਹੁਣ ਮੁਸ਼ਕਲ ਇਹ ਆ ਕਿ ਸੱਤ ਆਜ਼ਾਦ ਨੇ, ਸੱਤ ਆਜ਼ਾਦ ਜਿਹੜੇ ਨੇ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਭੁਗਤ ਚੁੱਕੇ ਨੇ, ਕੁਛ ਜਨਨਾਇਕ ਜਨਤਾ ਪਾਰਟੀ ਦੇ ਵਿਧਾਇਕ ਨੇ ਜਿਹੜੇ ਕਿਸਾਨਾਂ ਦੇ ਹੱਕ 'ਚ ਭੁਗਤ ਚੁੱਕੇ ਨੇ, 40 ਸੀਟਾਂ ਨੇ ਭਾਰਤੀ ਜਨਤਾ ਪਾਰਟੀ ਕੋਲ, ਉਹ 'ਚ ਕਿਤੇ ਚੱਲੀਆਂ ਨਹੀਂ, ਵਿਪ ਹੋਵੇ ਜਾਂ ਨਾ ਹੋਵੇ, ਉਹਨਾਂ ਨੂੰ 6 ਹੋਰ ਚਾਹੀਦੀਆਂ ਨੇ, ਸੱਤ ਆਜ਼ਾਦ ਭੁਗਤਣ ਦੇ ਚਾਂਸਸ ਨਹੀਂ ਹੈਗੇ। ਅੱਜ ਹੋਇਆ ਇਹ ਕਿ ਅੱਜ ਹਰਿਆਣੇ ਦੀ ਵਿਧਾਨ ਸਭਾ ਦੇ ਵਿੱਚ ਦੋ ਵਿਧਾਇਕ ਜਿਹੜੇ ਜਨਨਾਇਕ ਜਨਤਾ ਪਾਰਟੀ ਦੇ ਨੇ, ਰਾਜ ਕੁਮਾਰ ਗੌਤਮ ਹੈ ਇਹਦੇ ਵਿੱਚ ਇੱਕ ਤਾਂ ਜਿਹੜਾ ਜੀ, ਉਹਨੇ ਇਹ ਗੱਲ ਕਹੀ ਕਿ ਤਿੰਨੇ ਖੇਤੀ ਕਾਨੂੰਨ ਜਿਹੜੇ ਆ ਜੀ ਇਹ ਇਹਨਾਂ ਦੇ ਉੱਤੇ ਦੁਬਾਰਾ ਤੋਂ ਚਰਚਾ ਜਿਹੜੀ ਆ ਉਹ ਹੋਣੀ ਚਾਹੀਦੀ ਹੈ। ਇਹ ਕਿਹਾ ਕਿ ਇਹ ਕਾਨੂੰਨ ਅਗਲੇ ਕੁਛ ਸਾਲਾਂ ਦੇ ਵਾਸਤੇ ਰੋਕ ਦੇਣੇ ਚਾਹੀਦੇ ਆ ਅਤੇ 2024 ਦੀਆਂ ਲੋਕ ਸਭਾ ਸੀਟਾਂ ਜਿੱਤਣ ਤੋਂ ਬਾਅਦ ਸਰਕਾਰ ਇਹਨੂੰ ਲਾਗੂ ਕਰਦੇ। ਇਹਦੇ ਦੌਰਾਨ ਉਹਨੇ ਜਿਹੜਾ ਜੀ ਇਹ ਵੀ ਗੱਲ ਜਿਹੜੀ ਜੀ ਉਹ ਕਹੀ। ਰਾਮ ਕੁਮਾਰ ਗੌਤਮ ਨੇ ਰਾਹੁਲ ਗਾਂਧੀ ਦੇ ਉੱਤੇ ਵੀ ਜਿਹੜੇ ਜੀ ਉਹ ਨਿਸ਼ਾਨੇ ਲਾਏ। ਉੱਧਰ ਬਰਵਾਲਾ ਤੋਂ ਵਿਧਾਇਕ ਜੋਗੀ ਰਾਮ ਸਿਹਾਗ ਨੇ ਇਹ ਗੱਲ ਕਹੀ ਕਿ ਹਰਿਆਣਾ ਸਰਕਾਰ MSP ਦੇ ਮਾਮਲੇ ਦੇ ਉੱਤੇ ਕਾਨੂੰਨ ਲੈ ਕੇ ਆਵੇ ਜਿਹਦੇ ਉੱਤੇ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਜੀ ਉਹ ਖਰੀਦੀਆਂ ਜਾਣ। ਇਹ ਦੋ ਜਿਹੜੀਆਂ ਆਵਾਜ਼ਾਂ ਨੇ ਬਾਗੀ ਆਵਾਜ਼ਾਂ ਅੱਜ ਹਰਿਆਣੇ ਦੇ ਵਿਧਾਨ ਸਭਾ ਦੇ ਵਿੱਚ ਜਿਹੜੀਆਂ ਜੀ ਉਹ ਗੂੰਜੀਆਂ। ਗੁਰਨਾਮ ਸਿੰਘ ਚੜੂਨੀ ਜਿਹੜੇ ਕਿ ਖੇਤੀ ਦੇ ਵਿੱਚ ਜਿਹੜੀਆਂ ਸੰਸਥਾਵਾਂ ਨੇ ਕੰਮ ਕਰਦੀਆਂ ਹਰਿਆਣੇ ਦੇ ਵਿੱਚ ਕਿਸਾਨਾਂ ਦੀਆਂ, ਉਹਦੇ ਇੱਕ ਅਹਿਮ ਨੇਤਾ ਨੇ, ਉਹਨਾਂ ਦਾ ਟਵੀਟ ਆਇਆ ਹੁਣ ਤੋਂ ਕੁਛ ਸਮਾਂ ਪਹਿਲਾਂ, ਕਹਿੰਦੇ ਜਿਹੜੇ ਜਿਹੜੇ ਨੇ ਇਸ ਜਿਹੜੇ ਬੇਵਿਸ਼ਵਾਸੀ ਮਤਾ ਉਹਦੇ ਵਿਰੋਧ ਦੇ ਵਿੱਚ ਜਿਹੜੀਆਂ ਦੀ ਉਹ ਵੋਟਾਂ ਪਾਈਆਂ ਉਹ ਫਿਰ ਇਹ ਭੁੱਲ ਜਾਣ ਕਿ ਚੰਡੀਗੜ੍ਹ ਮੁੜ ਕੇ ਜਿੱਤ ਕੇ ਜਾਣਗੇ। ਇਹ ਕੁਛ ਸਮਾਂ ਪਹਿਲਾਂ ਉਹਨਾਂ ਨੇ ਜਿਹੜਾ ਜੀ ਉਹ ਟਵੀਟ ਕੀਤਾ ਹੈ। ਸੋ ਇਸ ਕਰਕੇ ਕੱਲ੍ਹ ਦਾ ਦਿਨ ਬੜਾ ਅਹਿਮ ਹੈ। ਜੇ ਜਨਨਾਇਕ ਜਨਤਾ ਪਾਰਟੀ ਦੇ ਵਿੱਚ ਪਾਟਕ ਪੈ ਗਿਆ ਤਾਂ ਜਨਨਾਇਕ ਜਨਤਾ ਪਾਰਟੀ ਦੇ ਭਵਿੱਖ ਦੇ ਉੱਤੇ ਤਾਂ ਵੱਡਾ ਸਵਾਲੀਆ ਚਿੰਨ੍ਹ ਲੱਗ ਹੀ ਜਾਊਗਾ ਜਿਹੜਾ ਆਲਰੇਡੀ ਲੱਗ ਗਿਆ। ਉਹਦੇ ਨਾਲ ਨਾਲ ਜਿਹੜੀ ਮਨੋਹਰ ਲਾਲ ਖੱਟਰ ਦੀ ਸਰਕਾਰ ਹੈ ਉਹ ਡਿੱਗਣ ਦੇ ਚਾਂਸਸ ਵੀ ਜਿਹੜਾ ਉਹ ਬਣ ਸਕਦੇ ਆ। ਬਾਕੀ ਭਲਕੇ ਜਿਹੜਾ ਜੀ ਉਹ ਪਤਾ ਲੱਗੂਗਾ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਕਿਸਾਨਾਂ ਦਾ ਦਬਾਓ ਇੰਨਾ ਜ਼ਿਆਦਾ ਹੈ ਇਸ ਵੇਲੇ, ਸਭ ਤੋਂ ਜ਼ਿਆਦਾ ਦਬਾਓ ਜਿਹੜਾ ਜੀ ਉਹ ਜਨਨਾਇਕ ਜਨਤਾ ਪਾਰਟੀ ਦੇ ਉੱਪਰ ਹੀ ਹੈ ਜੀ। ਜੀ ਅੱਛਾ ਪੰਨੂ ਸਾਹਿਬ, ਹੁਣ ਹਰਿਆਣੇ ਤੋਂ ਸਿੱਧਾ ਬੰਗਾਲ ਵੱਲ ਚੱਲੀਏ, ਉੱਥੇ ਵੀ ਚੋਣਾਂ ਵਾਲਾ ਜਿਹੜਾ ਇਸ ਵੇਲੇ ਮੈਦਾਨ ਆ ਖਾਸਾ ਭਖਿਆ ਹੋਇਆ। ਉੱਥੇ ਬਿਆਨੋ ਬਿਆਨੀ ਮਿਥੁਨ ਚੱਕਰਵਰਤੀ ਦੇ ਬਿਆਨ ਨੂੰ ਲੈ ਕੇ ਵੀ ਖਾਸੀ ਗੱਲਾਂ ਹੋ ਰਹੀਆਂ, ਜਿਹੜਾ ਡਾਇਲੋਗ ਜਿਹਾ ਬੋਲਿਆ ਉਹਨਾਂ ਨੇ BJP ਜੁਆਇਨ ਕਰਨ ਤੋਂ ਬਾਅਦ। ਹੋਰ ਉੱਥੇ ਹੁਣ ਮਮਤਾ ਬੈਨਰਜੀ ਨੇ ਵੀ ਭਾਜਪਾ ਨੂੰ ਵੰਗਾਰਿਆ, ਉੱਥੋਂ ਨਵੀਂ ਅਪਡੇਟ ਕੀ ਹੈ ਜੀ? ਇੱਕ ਉਹਨਾਂ ਦੀ ਪੁਰਾਣੀ ਫਿਲਮ ਦੀ ਫੋਟੋ ਬੜੀ ਵਾਇਰਲ ਹੋਈ ਹੋਈ ਹੈ ਸੋਸ਼ਲ ਮੀਡੀਆ ਤੇ, ਮਿਥੁਨ ਚੱਕਰਵਰਤੀ ਦੀ। ਉਹ ਤੁਹਾਨੂੰ ਪਤਾ ਲੱਗ ਹੀ ਗਿਆ ਜੀ, ਉਹ ਸਾਈਕਲ ਦੇ ਉਹਲੇ ਲੁੱਕ ਕੇ ਗੋਲੀਆਂ ਚਲਾ ਰਹੇ ਆ ਜੀ। ਇਹ ਕਰਕੇ ਜਿਹੜਾ ਜੀ ਉਹ ਸਾਈਕਲ ਦੇ ਉਹਲੇ ਲੁਕੇ ਹੋਏ ਨੇ ਤੇ ਉਹਨਾਂ ਨੇ ਜਿਵੇਂ ਕਿਹਾ ਕਿ ਮੈਂ ਕੋਬਰਾ, ਉਹ ਕਹਿੰਦੇ ਬਸ ਆਹੀ ਕਮੀ ਸੀ, ਬਾਕੀ ਸਾਰਾ ਕੁਛ ਹੈਗਾ ਸੀ, ਕੋਬਰਾ ਵੀ ਆ ਗਿਆ ਹੁਣ। ਤੋ ਜਿਹੜੇ ਉੱਥੋਂ ਦੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਨੇ ਮਮਤਾ ਬੈਨਰਜੀ, ਉਹਨਾਂ ਨੇ ਇੱਕ ਇਮੋਸ਼ਨਲ ਪੱਤਾ ਅੱਜ ਜਿਹੜਾ ਜੀ ਉਹ ਖੇਡਿਆ, ਦੋ ਖੇਡੇ ਐਕਚੁਲੀ। ਨੰਦੀਗ੍ਰਾਮ ਦੇ ਵਿੱਚ ਪਹੁੰਚੇ, ਨੰਦੀਗ੍ਰਾਮ ਦੇ ਵਿੱਚ ਉਹਨਾਂ ਨੇ ਜਨਸਭਾ ਨੂੰ ਸੰਬੋਧਨ ਕਰਦਿਆਂ ਹੋਇਆ ਇਹ ਗੱਲ ਕਹੀ ਕਿ ਨੰਦੀਗ੍ਰਾਮ ਦੀ ਜਨਤਾ ਕਹਿ ਦੇ ਕਿ ਇੱਥੋਂ ਚੋਣ ਨਹੀਂ ਲੜਨੀ ਤਾਂ ਮੈਂ ਨਹੀਂ ਚੋਣ ਇੱਥੋਂ ਜਿਹੜਾ ਦੀ ਉਹ ਲੜਦੀ, ਔਰ ਇਹ ਕਿਹਾ ਕਿ ਪਰ ਮੈਨੂੰ ਤੁਹਾਡਾ ਆਸ਼ੀਰਵਾਦ ਜਿਹੜਾ ਦੀ ਉਹ ਚਾਹੀਦਾ। ਦੂਜਾ ਜਿਹੜਾ ਉਹਨੇ ਵੱਡਾ ਕਾਰਡ ਖੇਡਿਆ ਇਹ ਗੱਲ ਕਹੀ ਭਾਰਤੀ ਜਨਤਾ ਪਾਰਟੀ ਨੂੰ ਕਿ ਮੇਰੇ ਨਾਲ ਹਿੰਦੂ ਕਾਰਡ ਖੇਡਣ ਦੀ ਨਾ ਸੋਚਣਾ। ਇਹ ਕਿਹਾ ਕਿ ਮੇਰੇ ਨਾਲ ਹਿੰਦੂ ਕਾਰਡ ਖੇਡੋਗੇ, ਮੈਂ ਵੀ ਹਿੰਦੂ ਹਾਂ ਅਤੇ ਘਰ ਦੇ ਵਿੱਚੋਂ ਚੰਡੀ ਦਾ ਪਾਠ ਕਰਕੇ ਆਉਂਦੀ ਹਾਂ ਰੋਜ਼, ਔਰ ਉਹ ਚੰਡੀ ਦਾ ਪਾਠ ਉਹਨਾਂ ਨੇ ਸਟੇਜ ਦੇ ਉੱਤੇ ਵੀ ਜਿਹੜਾ ਜੀ ਉਹ ਕਰ ਦਿੱਤਾ। ਇਹ ਇੱਕ ਜਿਹੜਾ ਜੀ ਪੱਤਾ ਇਹ ਥੋੜ੍ਹਾ ਡਿਫਰੈਂਟ ਜਿਹੜਾ ਉਹ ਕਿਹਾ ਜਾ ਸਕਦਾ ਸਿਆਸਤ ਦੇ ਵਿੱਚ ਜਿਹੜਾ ਜੀ। ਮਮਤਾ ਬੈਨਰਜੀ ਨੇ ਇਹ ਵੀ ਗੱਲ ਕਹੀ ਕਿ ਨੰਦੀਗ੍ਰਾਮ ਦੇ ਵਿੱਚ ਜਦੋਂ ਅੰਦੋਲਨ ਹੋ ਰਿਹਾ ਸੀ ਤੇ ਮੇਰੇ ਘਰੇ ਤਾਂ ਕਾਲੀ ਪੂਜਾ ਜਿਹੜੀ ਜੀ ਉਹ ਚੱਲ ਰਹੀ ਸੀ। ਉਹਨੇ ਇਹ ਵੀ ਕਿਹਾ ਕਿ BJP ਪੁਰਾਣੀ CPM ਨੂੰ ਵਾਪਸ ਲੈ ਕੇ ਜਿਹੜਾ ਜੀ ਆ ਗਈ ਆ ਤੇ ਅਸੀਂ 1 April ਨੂੰ ਉਹਨਾਂ ਨੂੰ April ਫੂਲ ਜਿਹੜਾ ਜੀ ਉਹ ਉਹਨਾਂ ਦਾ ਬਣਾਉਣਾ। ਵੈਸੇ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਜਿਹੜੀਆਂ ਇੱਥੇ ਵੱਖ ਵੱਖ ਜਿਹੜੀਆਂ ਏਜੰਸੀਆਂ ਨੇ ਸਰਵੇ ਕੀਤੇ ਨੇ ਉਹ ਇਹ ਦੱਸਦੇ ਆ ਕਿ ਹੈਟ੍ਰਿਕ ਜਿਹੜੀ ਆ ਜੀ ਉਹ ਮਾਰਨ
ਦੇ ਨੇੜੇ ਨੇ ਮਮਤਾ ਬੈਨਰਜੀ ਹੁਰੀ, ਉਹਨਾਂ ਦੀਆਂ ਸੀਟਾਂ ਤਾਂ ਘਟਣਗੀਆਂ, ਨੋ ਡਾਊਟ। 211 ਸੀਟਾਂ ਸੀ ਪਿਛਲੀ ਵਾਰੀ ਉਹਨਾਂ ਦੇ ਕੋਲੇ, ਸੀਟਾਂ ਤਾਂ ਉਹਨਾਂ ਦੀਆਂ ਘੱਟ ਜਾਣਗੀਆਂ। ਸੀਟਾਂ ਕਿੰਨੀਆਂ ਘੱਟਦੀਆਂ ਨੇ? 40-45 ਵੀ ਘੱਟ ਸਕਦੀਆਂ ਨੇ, ਬਹੁਮਤ ਉਹਨਾਂ ਨੂੰ ਫੇਰ ਵੀ ਮਿਲ ਜੂਗਾ। ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ 100 ਸੀਟਾਂ ਦੇ ਨੇੜੇ ਤੇੜੇ ਜਾ ਸਕਦੀ ਆ, ਪਰ ਸਰਕਾਰ ਬਣਾਉਣ ਦੇ ਸਥਿਤੀ ਦੇ ਵਿੱਚ ਉਹ ਨਹੀਂ ਹੈ, ਜਦੋਂ ਕਿ ਭਾਰਤੀ ਜਨਤਾ ਪਾਰਟੀ ਦਾ ਸਾਰਾ ਜ਼ੋਰ ਜਿਹੜਾ ਜੀ ਇਸ ਵੇਲੇ ਪੱਛਮੀ ਬੰਗਾਲ ਦੇ ਉੱਤੇ ਲੱਗਿਆ ਹੋਇਆ ਜੀ। ਜੀ ਅੱਛਾ, ਪੰਨੂ ਸਾਹਿਬ ਇੱਕ ਇਹ ਦੱਸਿਓ ਵੀ ਵਿਧਾਨ ਸਭਾ ਦੇ ਵਿੱਚ ਆ ਕਵਿਤਾ ਵਾਲਾ ਕੀ ਚੱਕਰ ਪਿਆ, ਵੀ ਕਵਿਤਾ ਦੇ ਜਾਲ ਵਿੱਚ ਫਸ ਗਏ ਬਿਕਰਮ ਮਜੀਠੀਆ, ਇਹਦਾ ਵੀ ਵੇਰਵਾ ਸਾਂਝਾ ਕਰਿਓ ਜੀ। ਐਕਚੁਲੀ ਇਹ ਆ ਕਿ ਕਿਉਂਕਿ ਸ਼ੇਰੋ ਸ਼ਾਇਰੀ ਬਹੁਤ ਚੱਲਦੀ ਹੈ ਜੀ, ਜਿਹੜੇ ਆਪਣੇ ਸਾਡੇ ਅਕਾਲੀ ਖਜ਼ਾਨਾ ਮੰਤਰੀ ਨੇ ਉਹ ਤਾਂ ਸ਼ੇਰਾਂ ਦੇ ਆਸਰੇ ਹੀ ਜਿਹੜਾ ਜੀ ਬਹੁਤਾ ਕੁਛ ਚਲਾਉਂਦੇ ਆ ਨਾ, ਉਹ ਤਾਂ ਅਰਬੀ ਫਾਰਸੀ ਦੇ ਵੀ ਬਹੁਤ ਜਿਹੜਾ ਸ਼ੇਰ ਪੜ੍ਹਦੇ ਆ ਅਤੇ ਫਿਰ ਉਹਦੇ ਅਰਥ ਵੀ ਦੱਸਦੇ ਆ ਵੀ ਕਿਹਦਾ ਕਿਹੜਾ ਕੀ ਅਰਥ ਜਿਹੜਾ ਹੈ ਜੀ। ਔਰ ਅਕਸਰ ਸ਼ੇਰ ਜਿਹੜੇ ਆ ਉਹ ਚੱਲਦੇ ਰਹਿੰਦੇ ਆ ਵਿਧਾਨ ਸਭਾ ਦੇ ਵਿੱਚ, ਅਤੇ ਬਿਕਰਮ ਸਿੰਘ ਮਜੀਠੀਆ ਔਰ ਵੈਸੇ ਕਦੀ ਤਾਂ ਪਹਿਲਾਂ ਕਵਿਤਾ ਨਹੀਂ ਲੈ ਆਏ, ਅੱਜ ਕਵਿਤਾ ਲੈ ਆਏ। ਔਰ ਕਵਿਤਾ ਜਿਹੜੀ ਉਹ ਇੱਦਾਂ ਦੀ ਸੀਗੀ ਕਿ ਇਹ ਦੱਸਿਆ ਜਾਵੇ ਤੁਹਾਡੇ ਕੋਲ ਪੈਸੇ ਕਿੱਥੋਂ ਆਏ, ਉਹਦਾ ਸਾਰੰਸ਼ ਜਿਹੜਾ ਜੀ ਉਹ ਇੱਦਾਂ ਸੀਗਾ ਕਿ ਤੁਸੀਂ ਤਾਂ ਕੁੜਤੇ ਜਿਹੜੇ ਜੀ ਉਹ ਸਹੀ ਪਾਏ ਆ, ਮੇਰੇ ਪਾਟੇ ਕਿਉਂ ਨੇ, ਤੁਹਾਡੇ ਕੋਲ ਪੈਸੇ ਕਿੱਥੋਂ ਆਏ, ਤੁਸੀਂ ਇੱਡਾ ਇੰਨਾ ਕੁਛ ਬਣਾ ਲਿਆ, ਤੁਹਾਡੇ ਕੋਲ ਪੈਸੇ ਜਿਹੜਾ ਜੀ ਉਹ ਕਿੱਥੋਂ ਆਏ। ਉਹਨਾਂ ਨੇ ਜਿਹੜੀ ਸੀ ਇਹ ਕਵਿਤਾ ਪੜ੍ਹ ਦਿੱਤੀ। ਅੱਛਾ, ਅੱਗੋਂ ਜਿਹੜਾ ਸੀਗਾ ਜੀ ਉਹ ਪੇਚਾ ਫਿਰ ਪੈ ਗਿਆ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ, ਅਤੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿਹੜਾ ਸੀਗਾ ਜੀ ਉੱਥੇ ਹੀ ਜੋੜ ਕੇ ਅੱਗੇ ਤੋਂ ਅੱਗੇ ਉਹਨਾਂ ਦੀ ਕਵਿਤਾ ਦੇ ਵਿੱਚ ਐਸਾ ਫਸਾਇਆ ਕਿ ਬਿਕਰਮ ਸਿੰਘ ਮਜੀਠੀਆ ਹੋਰੀ ਬਾਹਰ ਨੂੰ ਤੁਰ ਪਏ ਜੀ। ਉਹਨਾਂ ਨੇ ਕਿਹਾ ਕਿ ਸਾਈਕਲ ਵਾਲੇ ਦੇ ਕੋਲੇ ਰੇਂਜ ਰੋਵਰ ਕਿੱਥੋਂ ਆਈ ਪੁੱਛੋ ਨਾ, ਅਮਰੀਕਾ ਦੇ ਵਿੱਚ ਪਾਰਕਿੰਗ ਲਾਟ ਕਿੱਥੋਂ ਆਏ ਪੁੱਛੋ ਨਾ, ਸੁੱਖ ਵਿਲਾਸ ਕਿੱਥੋਂ ਆਇਆ ਪੁੱਛੋ ਨਾ। ਔਰ ਇਹ ਵੀ ਜਿਹੜਾ ਜੀ ਪੁੱਛਿਆ ਕਿ ਇੱਕ ਹਰੀ ਜੀ ਤੁਹਾਡੇ ਕੋਲੇ ਜਿਹੜੀ ਜੀ ਉਹ ਇਨੋਵਾ ਹੁੰਦੀ ਸੀਗੀ, ਮੁੜ ਕੇ ਅੱਜ 12 ਗੱਡੀਆਂ ਕਿੱਥੋਂ ਆਈਆਂ ਇਹ ਪੁੱਛੋ ਨਾ। ਬਾਹਰ ਆ ਕੇ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਜਿਹੜਾ ਸੀ ਉਹ ਪ੍ਰੈਸ ਕਾਨਫਰੰਸ ਲਾ ਲਈ, ਕਹਿੰਦੇ ਮੈਂ ਤਾਂ ਕਰਕੇ ਗਾਂਹ ਜਵਾਬ ਨਹੀਂ ਦਿੱਤਾ ਵੀ ਇਹ ਮੈਨੂੰ ਉਲਝਾਉਣਾ ਚਾਹੁੰਦੇ ਆ ਕਿਸੇ ਹੋਰ ਮਾਮਲੇ ਦੇ ਵਿੱਚ। ਮੈਂ ਇਹ ਸੋਚਿਆ ਵੀ ਜੇ ਇਹਨਾਂ ਨੇ ਮੈਨੂੰ ਉਸ ਮਾਮਲੇ ਦੇ ਵਿੱਚ ਉਲਝਾ ਲਿਆ ਤੇ ਫਿਰ ਜਿਹੜੇ ਅਸਲ ਮੁੱਦੇ ਨੇ ਉਹ ਤਾਂ ਗਵਾਚ ਜਾਣਗੇ। ਪਰ ਸਵਾਲ ਇਹ ਸੀਗਾ ਕਿ ਉਹ ਕਵਿਤਾ ਤਾਂ ਪੜ੍ਹ ਬੈਠੇ ਪਰ ਕਵਿਤਾ ਪੈ ਗਈ ਜਿਹੜਾ ਜੀ ਉਹ ਉਲਟ। ਸ਼ਾਇਦ ਹੋ ਸਕਦਾ ਹੈ ਕਿ ਉਹਨਾਂ ਨੂੰ ਇਹ ਨਾ ਪਤਾ ਹੋਵੇ ਕਿ ਨਵਜੋਤ ਸਿੰਘ ਸਿੱਧੂ ਹੋਰੀ ਜਵਾਬ ਨਹੀਂ ਦੇਣਗੇ। ਇਹ ਕੋਈ ਪਹਿਲਾ ਮੌਕਾ ਨੀਗਾ ਜਦੋਂ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਨਾਲ ਜਿਹੜਾ ਜੀ ਵਿਧਾਨ ਸਭਾ ਦੇ ਵਿੱਚ ਪੇਚਾ ਪਿਆ ਹੋਵੇ, ਵਿਧਾਨ ਸਭਾ ਹੋਵੇ ਵਿਧਾਨ ਸਭਾ ਤੋਂ ਬਾਹਰ ਹੋਵੇ, ਦੋਵਾਂ ਦਾ ਜਿਹੜਾ ਜੀ ਤੇਮ ਉਹ ਬਹੁਤ ਹੈ, ਸਭ ਨੂੰ ਜਿਹੜਾ ਜੀ ਉਹ ਪਤਾ, ਔਰ ਕੋਈ ਮੌਕਾ ਹੱਥੋਂ ਜਾਣ ਨਹੀਂ ਦੇਣਾ ਚਾਹੁੰਦੇ ਇੱਕ ਦੂਜੇ ਦੇ ਉੱਤੇ ਸਟਾਇਰ ਕਰਨ ਦਾ, ਇੱਕ ਦੂਜੇ ਦੇ ਉੱਤੇ ਫੱਬਦੇ ਜਿਹੜਾ ਉਹ ਕੱਸਣ ਦਾ। ਅਤੇ ਹੋ ਸਕਦਾ ਕਿ ਗਾਂਹ ਕਦੀ ਬਿਕਰਮ ਸਿੰਘ ਮਜੀਠੀਆ ਔਰ ਘੱਟੋ ਘੱਟ ਕਵਿਤਾ ਨਹੀਂ ਲੈ ਕੇ ਆਉਣਗੇ ਵਿਧਾਨ ਸਭਾ ਦੇ ਵਿੱਚ ਜੀ। ਅੱਛਾ ਪੰਨੂ ਸਾਹਿਬ, ਹੁਣ ਗੱਲ ਦੱਸਿਓ ਵੀ ਜਿਹੜੀ UK ਦੀ ਪਾਰਲੀਮੈਂਟ ਵਿੱਚ ਕਿਸਾਨ ਅੰਦੋਲਨ ਸੰਬੰਧੀ ਬਹਿਸ ਹੋਈ, ਉੱਥੇ ਗੱਲਬਾਤ ਹੋਈ, ਭਾਰਤ ਨੇ ਉੱਤੇ ਇਤਰਾਜ਼ ਜਤਾਇਆ, ਇਹਦੇ ਹੋਰ ਕੀ ਵੇਰਵੇ ਨੇ ਜੀ? ਐਕਚੁਲੀ ਜੀ ਜਿਹੜੀ ਬ੍ਰਿਟਿਸ਼ ਪਾਰਲੀਮੈਂਟ ਹੈ ਉਹਦੇ ਵਿੱਚ ਇਹ ਹੈ ਕਿ ਜੇ 10,000 ਲੋਕ ਆਨਲਾਈਨ ਸਾਈਨ ਕਰ ਦੇਣ ਕਿਸੇ ਜਿਹੜੀ ਪਟੀਸ਼ਨ ਆ ਜਿਹੜੀ ਇਹਦੇ ਉੱਤੇ ਗੱਲਬਾਤ ਹੋਣੀ ਹੈ ਕਿਸੇ ਇਸ਼ੂ ਦੇ ਉੱਤੇ, ਤਾਂ ਉਹਦੇ ਬਾਰੇ ਇਹਦੇ ਵਿੱਚ ਗੱਲਬਾਤ ਜਿਹੜੀ ਉਹ ਕੀਤੀ ਜਾਂਦੀ ਆ। ਇਹ ਜਿਹੜੀ ਪਟੀਸ਼ਨ ਸੀਗੀ ਜਿਹਦੇ ਵਿੱਚ ਕਿਸਾਨ ਅੰਦੋਲਨ ਅੰਦੋਲਨਕਾਰੀਆਂ ਦੀ ਸੁਰੱਖਿਆ ਅਤੇ ਮੀਡੀਆ ਦੀ ਆਜ਼ਾਦੀ ਇਹਨੂੰ ਲੈ ਕੇ 1,00,000 ਤੋਂ ਉੱਪਰ ਲੋਕਾਂ ਨੇ ਸਾਈਨ ਜਿਹੜੇ ਉਹ ਕਰ ਦਿੱਤੇ ਚਾਹੀਦੇ ਸੀ। 10,000 ਸਾਈਨ ਕਰ ਦਿੱਤੇ, 1,00,000 ਮੁੱਦਾ ਬਣ ਗਿਆ ਵੱਡਾ। ਅਤੇ ਇੰਗਲੈਂਡ ਦੀ ਸੰਸਦ ਦੇ ਵਿੱਚ ਇਸ ਮਾਮਲੇ ਨੂੰ ਮੈਂਬਰਾਂ ਨੇ ਬੜੇ ਗੰਭੀਰਤਾ ਦੇ ਨਾਲ ਜਿਹੜਾ ਜੀ ਉਠਾਇਆ। ਇਹਦੇ 'ਚ ਤਨਮਨਜੀਤ ਸਿੰਘ ਢੇਸੀ, ਵਰਿੰਦਰ ਸ਼ਰਮਾ, ਪ੍ਰੀਤ ਕੌਰ ਗਿੱਲ, ਖਾਲਿਦ ਮਹਿਮੂਦ, ਇਹ 4 ਸੀਗੇ ਜੀ, ਇਹਨਾਂ ਨੇ ਇਹਦੀ ਜਿਹੜਾ ਇਸ ਮੁੱਦੇ ਨੂੰ ਉਠਾਇਆ। ਜਿਹੜਾ ਲੋਕ ਸਭਾ ਹਲਕਾ ਸਲੋ ਆ ਉੱਥੋਂ ਸੰਸਦ ਮੈਂਬਰ ਨੇ ਤਨਮਨਜੀਤ ਸਿੰਘ ਢੇਸੀ, ਉਹਨਾਂ ਨੇ ਇਹ ਕਿਹਾ ਕਿ ਹਰ ਕਿਸੇ ਨੂੰ ਪ੍ਰਦਰਸ਼ਨ ਕਰਨ ਦਾ ਹੱਕ ਹੈ, ਸੈਂਕੜੇ ਕਿਸਾਨ ਅੰਦੋਲਨ ਕਰਦਿਆਂ ਆਪਣੀ ਜਾਨ ਗਵਾ ਚੁੱਕੇ ਨੇ, ਬੱਚੇ ਔਰਤਾਂ ਬਜ਼ੁਰਗ ਇਸ ਅੰਦੋਲਨ ਦਾ ਹਿੱਸਾ ਨੇ, ਕਈ ਪੱਤਰਕਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ, ਸਮਾਜਿਕ ਤੌਰ ਦੇ ਉੱਤੇ ਵਿਚਰਦੇ ਲੋਕਾਂ ਦੇ ਉੱਤੇ ਤਸ਼ੱਦਦ ਢਾਏ ਗਏ ਨੇ, ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਵਾਲੇ ਲੋਕ ਜਿਹੜੇ ਨੇ ਉਹਨਾਂ ਦੇ ਉੱਤੇ ਕਈ ਕਿਸਮ ਦੇ ਇਲਜ਼ਾਮ ਲਾਏ ਜਾ ਰਹੇ ਨੇ। ਉਹਨਾਂ ਨੇ ਇਹ ਵੀ ਕਿਹਾ ਕਿਉਂਕਿ ਇਸ ਅੰਦੋਲਨ ਦੇ ਵਿੱਚ ਸਿੱਖ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਨੇ, ਇਸ ਲਈ ਉਹਨਾਂ ਨੂੰ ਵੱਖਵਾਦੀ ਵਜੋਂ ਪੇਸ਼ ਕੀਤਾ ਜਾ ਰਿਹਾ। ਔਰ ਕੁਝ ਸੰਸਦ ਮੈਂਬਰਾਂ ਨੇ ਇਹ ਵੀ ਕਿਹਾ ਕਿ ਕੋਈ ਵੀ ਹਿੰਸਾ ਦੀ ਵਕਾਲਤ ਨਹੀਂ ਕਰਦਾ,
पर इस मसले का छेती हल निकलना चाहिए। खेती कानून ठीक ने गलत ने वखरा मामला है, पर मनुखी हकों के वास्ते वो किसानों के नाल खड़े ने। इस बहस दे विच भारत दे विच गिरफ्तार की गई हुण जमानत दे उत्ते बाहर नौदीप कौर ते दिशा रावी टूल किट वाले मामले दे विच और जिहड़े पत्रकारां दे खिलाफ मामले दर्ज किए गए आ उहदे वास्ते वड्डे सवाल उठे कि प्रेस की आजादी जिहड़ी आ उह खतरे दे विच होण दे संकेत ने। और यह भी आख्या इन्हां मैंबर पार्लीमेंट ने कि ब्रिटेन सरकार जिहड़ी आ जी इस मामले दे विच भारत सरकार की मदद करे ते उत्थे दखल जिहड़ा जी उह देवे। जिहड़ा भारतीय हाई कमिशन है उहने किसान अंदोलन दे नाल जुड़े मुद्दे जिहड़ा जी इह ब्रिटेन दे विच चलाई गई ई पटीशन मुहिम दे जवाब दे विच इह कहा कि यूके की संसद दे विच संसद मैंबरां दे विचाले जिहड़ी चर्चा हुई है एक पासड़ आ। यह भी कहा कि सानू इस गल ते अफसोस है कि संतुलित बहस की जगह झूठे दावे बिना पुष्टि वाले तत्थां नूं आधार बना के दुनिया के सब तो वड्डे लोकतंत्र नूं ढा जिहड़ी आ उह लाई गई आ। यह भी कहा गया कि यह चिंता की गल है कि ब्रिटेन भारतीयों नूं गुमराह करने लई टिप्पणियां कीतियां गईयां, भारत दे विच घट गिणतियां दे बारे शक पैदा किया गया और यह भी कहा गया कि बरतानिया सने विदेशी मीडिया भारत दे विच मौजूद है ते भारत दे विच मीडिया की सुतंत्रता नूं खतरे का सवाल ही पैदा जिहड़ा जी वह नहीं हुंदा। एक्चुअली विश्व पद्धर दे उत्ते जदों तो कुछ नामवर हस्तियां ने ट्वीट किए जिहदे विच पॉप सिंगर शामिल सन, एनवायरमेंट के वास्ते लड़न वाली लड़की शामिल सी ओ होवे, चाहे पिछले दिनों दे विच आपां उहदा जिक्र भी किया सी टाइम मैगजीन के मुख पन्ने के उत्ते जिहड़ियां संघर्ष कर रही औरतां ने उन्हां दी तस्वीर आ जाणी और हुण ब्रिटिश पार्लीमेंट दे विच जिहड़ा जी इस मामले दे उत्ते चर्चा होनी कितने ना कितने ये जिहड़ा किसान अंदोलन है जिहड़ा शांतमई तरीके दे नाल चल रहा है ये इस अंदोलन की बहुत वड्डी जिहड़ी जी वह प्राप्ति है। जिहड़े तत्ते लोग वगदे ने जिहड़े सारी दिहाड़ी सलाह खोरे मुफ्त सलाहां दे जांदे आ उन्हां दे वास्ते भी ये सिखण दे वास्ते है कि जे यह अंदोलन शांतमई ना हुंदा जां इहदे जिहड़े आगू ने इहनूं शांतमई ना रख सकदे ते शायद ये अंदोलन टाइम मैगजीन के मुख पन्ने तक कदी पहुँच पाउंदा जां ब्रिटिश पार्लीमेंट दे विच इहदी बहस जिहड़ी दी उह हो पाउंदी शायद नहीं। जे इत्थों तक ये अंदोलन पहुंचिया तो एक किस्म के नाल इस अंदोलन की बहुत वड्डी जिहड़ी है जी वह प्राप्ति कही जा सकती है और अज विश्व भर के चर्चा उस गल का है जिहड़ी आपां कल गल सांझी कीती सी कि किन्ने हजारां दी गिणती दे विच औरतां जिहड़ियां जी वह दिल्ली दीआं सरहद्दां दे उत्ते वूमन डे मनाउण दे वास्ते पहुंची आईआं सी। जी अच्छा पन्नू साहब यह दस्यो जिहड़ियां वोटिंग वालियां मशीनां ने उहनां नूं लैके पंजाब दी विधानसभा दे विच वी हुण मसला उठिआ इहदे बारे वी जरूर दस्यो जी। एक्चुअली देखो ईवीएम दा मामला भखदा तां देर तों आ, लोक जिहड़े ने उह ईवीएम मशीनां दे खिलाफ ने। यह मामला महाराष्ट्र दी विधानसभा दे विच वी उठिआ, यह आख्या गया कि असीं मता पास करांगे कि ईवीएम मशीनां दे राहीं वोटां नहीं पैणियां चाहीदियां। अज यह मामला जिहड़ा सीगा जी लोक इंसाफ पार्टी के सिमरजीत सिंह बैंस होरां ने उठाया तो इहदू अगे जिहड़ा सीगा जी वह तोरिया नवजोत सिंह सिद्धू होरां ने और उन्होंने ये गल जिहड़ी जी इन्होंने कही कि मशीनां दे विच गड़बड़ी की संभावना रहिंदी आ, वोटां जिहड़ियां ने उह बैलट पेपर दे राहीं होणियां चाहीदियां ने। महाराष्ट्र विधानसभा के स्पीकर ने आर्टिकल 388 के तहत कमेटी का गठन करके वोटां ईवीएम की जगह बैलट पेपर राही परवाए जिहड़ियां उह करवाए जाण दे सुझाव संबंधी मैंबरां दी राय जिहड़ी जी उह मंगी आ महाराष्ट्र विधानसभा ने। और इत्थे वैसे हालांकि जिहड़ा स्पीकर सीगे जी उन्होंने इस गल नूं गांह तां नहीं तोरिया, पर यह आ कि महाराष्ट्र तों बाद दूजी विधानसभा जिहदे विच ईवीएम दीआं मशीनां दे बारे दे विच मुद्दा भी उठिया ते इहनां दे उत्ते किंतू परंतु भी कीता गया। सब तों वड्डी गल जिहड़ी जी उह ठीक कि जिथे मशीनां बणदियां ने ਉੱਥੇ ਵੀ ਈਵੀਐਮ ਦੇ ਰਾਹੀਂ ਵੋਟਾਂ ਨਹੀਂ ਪੈਂਦੀਆਂ ਔਰ ਵੱਡੇ ਵੱਡੇ ਮੁਲਕਾਂ ਦੇ ਵਿੱਚ ਇਹ ਤਜਰਬਾ ਫੇਲ ਰਿਹਾ ਜਿਹਦੇ ਕਰਕੇ ਉਹਨਾਂ ਨੂੰ ਮੁੜ ਕੇ ਬੈਲਟ ਪੇਪਰ ਦੇ ਉੱਤੇ ਆਉਣਾ ਜਿਹੜਾ ਜੀ ਉਹ ਪਿਆ। ਗੱਲ ਇਹ ਆ ਕਿ ਜਦੋਂ ਇਹ ਵੋਟਿੰਗ ਮਸ਼ੀਨਾਂ ਦੀ ਗੱਲ ਆਉਂਦੀ ਹੈ ਇਹਦੇ ਉੱਤੇ ਜਵਾਬ ਤਾਂ ਦੇਣਾ ਹੁੰਦਾ ਜੀ ਚੋਣ ਕਮਿਸ਼ਨ ਨੇ, ਸਭ ਤੋਂ ਪਹਿਲਾਂ ਤਾਂ ਉਹਦਾ ਜਵਾਬ ਬਣਦਾ, ਮੁੜ ਕੇ ਸਰਕਾਰ ਨੇ ਦੇਣਾ ਹੁੰਦਾ ਜਾਂ ਜਿਹੜੀ ਵੱਡੀ ਪਾਰਟੀ ਉਹਨੇ ਦੇਣਾ ਹੁੰਦਾ, ਨਾ ਇਹਦੇ ਉੱਤੇ ਚੋਣ ਕਮਿਸ਼ਨ ਬੋਲਦਾ ਨਾ ਇਹਦੇ ਉੱਤੇ ਭਾਰਤੀ ਜਨਤਾ ਪਾਰਟੀ ਬੋਲਦੀ ਹੈ। ਉਹ ਜਿਹੜੇ ਭਗਤ ਨੇ ਆਈ ਟੀ ਵਿੰਗ ਵਾਲੇ ਉਹ ਨਾਲ ਦੀ ਨਾਲ ਇਹਦਾ ਜਵਾਬ ਦੇਣਾ ਜਿਹੜਾ ਜੀ ਉਹ ਸ਼ੁਰੂ ਕਰ ਦਿੰਦੇ ਆ ਅਤੇ ਉਹ
ਟਵਿੱਟਰ ਦੇ ਉੱਤੇ ਲੱਗ ਵੀ ਪਏ ਆ ਜੀ ਆਪਣਾ ਕੰਮ ਜਿਹੜਾ ਕਰਨ ਦੇ ਵਾਸਤੇ, ਜਿਵੇਂ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਉਹਨਾਂ ਨੇ ਸੰਭਾਲੀ ਹੋਵੇ। ਸੋ ਇਹ ਜਿਹੜਾ ਮਾਮਲਾ ਹੈ ਇਹ ਉੱਠਿਆ, ਬਿਲਕੁਲ ਉੱਠਣਾ ਚਾਹੀਦਾ, ਔਰ ਇਹਦੇ ਉੱਤੇ ਘੱਟੋ ਘੱਟ ਬਹਿਸ ਜਿਹੜੀ ਆ ਉਹ ਛਿੜਨੀ ਚਾਹੀਦੀ ਆ, ਕਿਉਂਕਿ ਬਹੁਤੇ ਲੋਕਾਂ ਨੂੰ EVM ਦੇ ਉੱਤੇ ਵਿਸ਼ਵਾਸ ਨਹੀਂ ਹੈ ਜੀ। ਤੇ ਪੰਨੂ ਸਾਹਿਬ ਅੱਜ ਨਵਾਂ ਕੀ ਹੈ ਜੀ? ਕਿ ਆਇਆ ਬਜਟ ਪੰਜਾਬ ਦਾ ਨਵਾਂ ਜਿਹੜਾ ਲੱਗਦੀ ਰੱਖੀ ਗਈ ਚੋਣਾਂ ਤੇ ਅੱਖਵੀਂ ਆ। ਆਇਆ ਬਜਟ ਪੰਜਾਬ ਦਾ ਨਵਾਂ ਜਿਹੜਾ ਲੱਗਦੀ ਰੱਖੀ ਗਈ ਚੋਣਾਂ ਤੇ ਅੱਖਵੀਂ ਆ। ਵਧੀ ਪੈਨਸ਼ਨ ਗਰਾਂਟਾਂ ਨੇ ਕਈ ਵਧੀਆਂ, ਅਣਗੌਲਿਆ ਜਾਪਦਾ ਕੋਈ ਨਹੀਂ ਪੱਖਵੀਂ ਆ। ਮਾਫ ਕਰਨਾ ਕਿਸਾਨਾਂ ਦਾ ਕਰਜ਼ ਜਿਹੜਾ ਲਈ ਰਕਮ ਹੈ ਉਹਦੇ ਲਈ ਰੱਖਵੀਂ ਆ। ਔਰਤ ਜਾਤੀ ਲਈ ਖਾਸ ਖਿਆਲ ਕਰਿਆ ਰੱਖਿਆ, ਖੇਤੀ ਮਜ਼ਦੂਰ ਨਹੀਂ ਵੱਖਵੀਂ ਆ। ਵਿਰੋਧੀ ਧਿਰਾਂ ਨੇ ਫੇਰ ਹਨ ਨੁਕਸ ਗਿਣਤੇ ਦਿੱਤਾ ਦੇਸ਼ ਦੋਸ਼ ਪ੍ਰਸ਼ਾਂਤ ਤੇ ਥੱਪਵੀਂ ਆ। ਵਿਰੋਧੀ ਧਿਰਾਂ ਨੇ ਫੇਰ ਨੇ ਨੁਕਸ ਗਿਣਤੇ ਦਿੱਤਾ ਦੋਸ਼ ਪ੍ਰਸ਼ਾਂਤ ਤੇ ਥੱਪਵੀਂ ਆ। ਜਾਂ ਫਿਰ ਕਹਿਣ ਕਿ ਅਮਲ ਨਹੀਂ ਹੋਣ ਲੱਗਾ, ਉਛਲਦੀ ਆਈ ਬਿਆਨਾਂ ਦੀ ਲੱਪਵੀਂ ਆ। ਜੀ ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ, ਕੱਲ੍ਹ ਫੇਰ ਗੱਲ ਕਰਦੇ ਹਾਂ ਜੀ। ਥੈਂਕ ਯੂ ਵੈਰੀ ਮੱਚ। ਮਿਹਰਬਾਨੀ ਜੀ, ਧੰਨਵਾਦ ਜੀ।